ਇੰਸਟਾਗ੍ਰਾਮ ਪੇਜਾਂ 'ਤੇ ਕੱਲ੍ਹ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ, ਪਿੰਕ ਸੋਹਲ ਦੀ ਅਤੇ ਸਹਿਜ ਜੈਲਦਾਰ ਦੀ ਕਿਸੇ ਜਿੰਮ ਦੇ ਵਿੱਚ ਜਿੰਮ ਲਾਉਣ ਲੱਗਿਆਂ ਦੀ ਉਹਨਾਂ ਦੀ ਉਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜੀ। ਦੋਸਤੋ, ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਰਿਕੁਐਸਟ ਆ, ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ 'ਤੇ ਕਲਿੱਕ ਕਰ ਲਿਓ ਤਾਂ ਜੋ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਹਾਂਜੀ ਦੋਸਤੋ, ਜਿਸ ਦਾ ਸਕਰੀਨਸ਼ੋਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ, ਇਹ ਫੋਟੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੰਸਟਾਗ੍ਰਾਮ ਪੇਜਾਂ 'ਤੇ। ਇਹ ਵੀਡੀਓ ਬਹੁਤ ਸਾਰੇ ਇੰਸਟਾਗ੍ਰਾਮ ਪੇਜਾਂ ਦੁਆਰਾ ਪਾਈ ਗਈ ਹੈਗੀ। ਪਹਿਲਾਂ ਵੀ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਸੀ ਕਿ ਪਿੰਕ ਸੋਹਲ ਅਤੇ ਸਹਿਜ ਜਾਲਦਾਰ ਰਿਲੇਸ਼ਨ ਦੇ ਵਿੱਚ ਹੈਗੇ ਨੇ ਅਤੇ ਇਹ ਅੱਜ ਤੋਂ ਸਾਲ ਪਹਿਲਾਂ ਲਾਈਵ ਵੀ ਆਏ ਅਤੇ ਲਾਈਵ ਆ ਕੇ ਵੀ ਇਹਨਾਂ ਨੇ ਦੱਸਿਆ ਸੀ ਕਿ ਅਸੀਂ ਦੋਨੋਂ ਰਿਲੇਸ਼ਨ ਦੇ ਵਿੱਚ ਹੈਗੇ ਹਾਂ ਅਤੇ ਉੱਥੇ ਹੀ ਹੁਣ ਇਹ ਇੱਕ ਫੋਟੋ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਇੰਸਟਾਗ੍ਰਾਮ ਪੇਜਾਂ 'ਤੇ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ। ਬਹੁਤ ਲੋਕ ਕਹਿ ਰਹੇ ਨੇ ਕਿ ਇਹ ਵੀਡੀਓ ਜਾਣ ਕੇ ਵਾਇਰਲ ਕੀਤੀ ਗਈ ਆ ਉਹਨਾਂ ਨੇ ਫੇਮ ਲੈਣ ਦੇ ਲਈ। ਬਾਕੀ ਇਸ ਗੱਲ ਪਿੱਛੇ ਕਿੰਨੀ ਕੁ ਸੱਚਾਈ ਆ ਇਹ ਆਪਾਂ ਨਹੀਂ ਦੱਸ ਸਕਦੇ, ਕਿਉਂਕਿ ਸਹਿਜ ਜਾਲਦਾਰ ਦੇ ਪਹਿਲੇ ਹੀ 1 ਮਿਲੀਅਨ ਦੇ ਕਰੀਬ ਫੋਲੋਵਰ ਨੇ ਅਤੇ ਪਿੰਕ ਸੋਹਲ ਦੇ ਵਧੀਆ ਫੋਲੋਵਰ ਨੇ। ਇਹ ਗੱਲ ਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਕੀ ਲੱਗਦਾ ਹੈਗਾ।